ਨਮਸਕਾਰ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਹੋਣ ਵਾਲੀ ਆ ਉਹਨਾਂ ਸਟੂਡੈਂਟਸ ਵਾਸਤੇ ਜਿਨ੍ਹਾਂ ਦਾ ਰੀਡਿੰਗ ਦੇ ਵਿੱਚ ਸਕੋਰ 5.5 ਦੇ ਉੱਤੇ ਹੀ ਅੜਿਆ ਹੋਇਆ ਹੈ। ਐਂਡ ਇਸ ਵੀਡੀਓ ਵਿੱਚ ਮੈਂ ਕੁਝ ਅਜਿਹੀ ਸਟ੍ਰੈਟਜੀ ਤੁਹਾਨੂੰ ਦੱਸਣ ਲੱਗਾ ਵਾਂ, ਜੇ ਇਸ ਨੂੰ ਤੁਸੀਂ ਫੋਲੋ ਕਰੋਗੇ ਵਿਦ ਇਨ 30 ਡੇਜ਼ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਬੈਂਡ ਸਕੋਰ ਲੈ ਸਕਦੇ ਹੋ। ਮੀਨਸ ਦੈਟ ਹਾਫ ਬੈਂਡ, ਇੱਕ ਬੈਂਡ, ਇੱਥੇ ਤੱਕ ਕਿ 2 ਬੈਂਡ ਦੀ ਇੰਪਰੂਵਮੈਂਟ ਵੀ ਤੁਹਾਨੂੰ ਮਿਲ ਸਕਦੀ ਹੈ। ਮੋਰ ਓਵਰ, ਉਸ ਤੋਂ ਪਹਿਲਾਂ ਮੈਂ ਡਿਸਕਸ ਕਰਨਾ ਚਾਹਾਂਗਾ ਆਪਣੀਆਂ ਔਨਲਾਈਨ ਕਲਾਸਿਸ ਬਾਰੇ। ਅਸੀਂ ਔਨਲਾਈਨ ਕਲਾਸਿਸ ਵੀ ਕਰਦੇ ਹਾਂ ਐਂਡ ਇਹ ਕਲਾਸਿਸ ਪਰਸਨਲ ਹੁੰਦੀਆਂ ਨੇ, ਮੀਨਸ 1-to-1। ਜਿੱਦਾਂ ਮੈਂ ਤੁਹਾਡੇ ਨਾਲ ਇਕੱਲਾ ਹੁਣ ਗੱਲ ਕਰ ਰਿਹਾ ਵਾਂ, 1-to-1 ਅਸੀਂ ਕਲਾਸਿਸ ਵੀ ਦਿੰਦੇ ਹਾਂ, ਇੱਕ ਟੀਚਰ ਇੱਕ ਸਟੂਡੈਂਟ ਵਾਲੀਆਂ। ਕਲਾਸਿਸ ਦੀ ਜਿਹੜੇ ਸਾਡੇ ਪ੍ਰਾਈਸਿਸ ਹੈਗੇ ਆ ਉਹ ਹੈਗੇ ਆ ਕਿ ਜੇ ਤੁਸੀਂ 4 ਮੋਡਿਊਲ ਜੁਆਇਨ ਕਰਦੇ ਹੋ ਦੈਨ ਵੀ ਵਿਲ ਚਾਰਜ 6,500। ਜੇ ਤੁਸੀਂ ਕੋਈ 2 ਮੋਡਿਊਲ ਦੀਆਂ ਕਲਾਸਿਸ ਲੈਂਦੇ ਹੋ ਉਹਦੀ ਫੀਸ ਹੈਗੀ ਆ 4,500। ਐਂਡ ਜੇ ਤੁਸੀਂ ਕੋਈ 1 ਮੋਡਿਊਲ ਚੂਜ਼ ਕਰਦੇ ਹੋ ਉਹਦੀ ਫੀਸ ਹੈਗੀ ਆ 2,500। ਐਂਡ ਤੁਸੀਂ ਜੇ ਸਾਡੀਆਂ ਕਲਾਸਿਸ ਜੁਆਇਨ ਕਰਨੀਆਂ ਨੇ ਕੰਟੈਕਟ ਕਰ ਸਕਦੇ ਹੋ ਥੱਲੇ ਦਿੱਤੇ ਹੋਏ ਨੰਬਰ 'ਤੇ, ਦੈਟ ਇਜ਼ 7973758644। ਚਲੀਏ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਇਹ ਜਿਹੜੀ ਵੀਡੀਓ ਆ ਇਹ ਤੁਹਾਡੇ ਸਾਰਿਆਂ ਲਈ ਹੋਣ ਵਾਲੀ ਆ, ਵੈਦਰ ਤੁਸੀਂ ਜਨਰਲ ਦੇ ਸਟੂਡੈਂਟ ਹੋ ਜਾਂ ਫਿਰ ਤੁਸੀਂ ਅਕੈਡਮਿਕ ਦੇ ਸਟੂਡੈਂਟ ਹੋ, ਇਹ ਵੀਡੀਓ ਸਾਰਿਆਂ ਵਾਸਤੇ ਹੀ ਆ। ਬਿਕੋਜ਼ ਰੀਡਿੰਗ ਦੇ ਵਿੱਚ ਕੁਝ ਚੀਜ਼ਾਂ ਕੋਮਨ ਹੁੰਦੀਆਂ ਨੇ, ਲਾਈਕ ਕੁਐਸਚਨ ਦੀ ਟਾਈਪਸ ਵੀ ਕੋਮਨ ਨੇ ਐਂਡ ਪੈਰੇ ਵੀ ਵਿੱਚ ਕੋਮਨ ਹੀ ਹੁੰਦੇ ਆ। ਜਸਟ ਇੱਕ ਚੀਜ਼ ਜਿਹੜੀ ਡਿਫਰੈਂਟ ਆ ਉਹ ਇਹ ਵਾ ਕਿ GTV ਰੀਡਿੰਗ ਥੋੜ੍ਹੀ ਲੈਂਥੀ ਜ਼ਿਆਦਾ ਹੁੰਦੀ ਆ, ਬਟ ਇਟ ਇਜ਼ ਈਜ਼ੀ। ਜੇ ਉੱਥੇ ਆਪਾਂ ਲੈ ਕੇ ਚੱਲੀਏ ਤਾਂ ਅਕੈਡਮਿਕ ਦੀ ਰੀਡਿੰਗ ਥੋੜ੍ਹੀ ਜਿਹੀ ਸਾਨੂੰ ਡਿਫੀਕਲਟ ਦੇਖਣ ਨੂੰ ਮਿਲਦੀ ਆ, ਬਟ ਇਹਦੇ ਵਿੱਚ ਨੰਬਰ ਆਫ ਪੈਰਾਗ੍ਰਾਫ ਸਾਡੇ ਕੋਲ ਸਿਰਫ 3 ਹੀ ਹੁੰਦੇ ਆ। ਇੱਥੇ ਨੰਬਰ ਆਫ ਪੈਰਾਗ੍ਰਾਫ ਤੁਹਾਡੇ 6-7 ਵੀ ਹੋ ਸਕਦੇ ਨੇ GT ਦੇ ਵਿੱਚ, ਓਕੇ। ਐਂਡ ਇੱਕ ਹੋਰ ਡਿਫਰੈਂਸ ਆਉਂਦਾ ਕਿ ਜੇ ਤੁਹਾਡੇ ਇੱਥੇ 23 ਆਉਂਦੇ ਆ ਤਾਂ ਤੁਹਾਡੇ 6 ਬਣ ਜਾਂਦੇ ਨੇ, ਜੇ ਤੁਹਾਡੇ ਇੱਥੇ 30 ਆਉਂਦੇ ਆ ਦੈਨ ਤੁਹਾਡੇ 6 ਬਣਦੇ ਆ। ਮੀਨਸ ਦੈਟ ਕਿ ਈਜ਼ੀ ਹਾਰਡ ਦੀ ਕੋਈ ਚੱਕਰ ਹੀ ਨਹੀਂ ਆ, ਗੇਮ ਸਾਰੀ ਇੱਥੇ ਆ ਕੇ ਸੇਮ ਹੀ ਹੋ ਜਾਂਦੀ ਆ। ਮੀਨਸ ਦੈਟ ਕਿ ਉੱਥੇ 23 ਦੇ 6 ਬਣ ਰਹੇ ਆ, ਇੱਥੇ 30 ਦੇ ਉੱਤੇ 6 ਬਣ ਰਹੇ ਆ। ਮੀਨਸ ਕਿਸੇ ਨੂੰ ਵੀ ਬਹੁਤ ਜ਼ਿਆਦਾ ਐਡਵਾਂਟੇਜ ਨਹੀਂ ਹੈਗਾ, ਬਟ ਜੇ ਤੁਹਾਡਾ ਇੰਗਲਿਸ਼ ਦਾ ਲੈਵਲ ਬਹੁਤ ਅੱਛਾ ਆ, ਯੂ ਕੈਨ ਈਜ਼ੀਲੀ ਸਕੋਰ 6 in GT। ਮੀਨਸ ਦੈਟ ਇਹਦੇ ਵਿੱਚ ਬੈਂਡ ਲੈਣਾ ਕੋਈ ਜ਼ਿਆਦਾ ਡਿਫੀਕਲਟ ਨਹੀਂ ਹੈਗਾ। ਹੁਣ ਮੈਂ ਗੱਲ ਕਰਨ ਜਾ ਰਿਹਾ ਇੱਕ ਸਟ੍ਰੈਟਜੀ ਬਾਰੇ ਜਿਹੜੀ ਤੁਹਾਨੂੰ ਸਾਰਿਆਂ ਨੂੰ ਅਪਣਾਉਣੀ ਚਾਹੀਦੀ ਆ ਐਜ਼ ਟੂ ਗੈਟ ਅ ਵੈਰੀ ਗੁੱਡ ਬੈਂਡ ਸਕੋਰ। ਅਸੀਂ ਜਦੋਂ ਵੀ ਰੀਡਿੰਗ ਕਰਦੇ ਹਾਂ ਅਤੇ ਉਦੋਂ ਬਹੁਤ ਸਾਰੇ ਵਰਡਸ ਅਸੀਂ ਪੜ੍ਹਦੇ ਹਾਂ ਜਿਨ੍ਹਾਂ ਦੇ ਸਾਨੂੰ ਮੀਨਿੰਗ ਨਹੀਂ ਪਤਾ ਹੁੰਦਾ, ਜਾਂ ਫਿਰ ਕੁਝ ਵਰਡਸ ਐਸੇ ਹੁੰਦੇ ਆ ਜਿਨ੍ਹਾਂ ਦਾ ਸਾਨੂੰ ਕੁਐਸਚਨ ਦੇ ਵਿੱਚ ਐਂਡ ਪੈਰੇ ਦੇ ਵਿੱਚ ਬਿਲਕੁਲ ਸੇਮ ਮੀਨਿੰਗ ਵਾਲੇ 2 ਅਲੱਗ ਵਰਡਸ ਦੇਖਣ ਨੂੰ ਮਿਲਦੇ ਆ। ਇਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਜੀ ਸਿਨੋਨੀਅਮਸ, SYNONYMS, ਸਿਨੋਨੀਅਮਸ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਸਿਮਿਲਰ ਵਰਡਸ। ਮੀਨਸ ਇਹ ਵਰਡ ਬਿਲਕੁਲ 100% ਇੱਕ ਦੂਸਰੇ ਦੇ ਸੇਮ ਨਹੀਂ ਹੁੰਦੇ, ਬਟ ਇਹਨਾਂ ਦਾ ਜਿਹੜਾ ਮੀਨਿੰਗ ਆ ਉਹ 80-90% ਮੈਚਿੰਗ ਹੁੰਦਾ। ਲਾਈਕ ਜੇ ਮੈਂ ਇੱਥੇ ਗੱਲ ਕਰਾਂ, ਹੁਣ ਇੱਕ ਵਰਡ ਹੁੰਦਾ ਸਾਡੇ ਕੋਲ ਸਰਟੇਨ, ਅਤੇ ਇੱਕ ਹੁੰਦਾ ਜੇ ਪਰਟੀਕੁਲਰ। ਹੁਣ ਕਹਿਣ ਨੂੰ ਜੇ ਤੁਸੀਂ ਇਹਨਾਂ ਦੇ ਡੀਪ ਮੀਨਿੰਗਸ ਦੇ ਵਿੱਚ ਜਾਓਗੇ ਤਾਂ ਮੀਨਿੰਗ ਅਲੱਗ ਆ, ਬਟ ਇਹਨਾਂ ਨੂੰ ਆਪਾਂ ਇੱਕ ਦੂਸਰੇ ਦੇ ਨਾਲ ਸਪਲਾਈ ਕਰ ਸਕਦੇ ਹਾਂ, ਮੀਨਸ ਸਬਸਟੀਟਿਊਟ ਕਰ ਸਕਦੇ ਹਾਂ, ਚੇਂਜ ਕਰ ਸਕਦੇ ਹਾਂ। ਬਿਕੋਜ਼ ਇਹਦੇ ਵਿੱਚ ਕੀ ਆ ਕਿ ਇਹਨਾਂ ਦਾ 80-90% ਮੀਨਿੰਗ ਸੇਮ ਆ। ਇੱਦਾਂ ਦੇ ਬਹੁਤ ਸਾਰੇ ਵਰਡਸ ਆ, ਮੋਡੀਫਾਈ, ਚੇਂਜ, ਠੀਕ ਆ, ਬਹੁਤ ਸਾਰੇ ਇੱਦਾਂ ਦੇ ਤੁਹਾਨੂੰ ਡਿਫਰੈਂਟ ਵਰਡਸ ਦੇਖਣ ਨੂੰ ਮਿਲ ਜਾਂਦੇ ਆ। ਮੋਡੀਫਾਈ ਹੁੰਦਾ ਕਿਸੇ ਪੁਰਾਣੀ ਚੀਜ਼ ਨੂੰ ਥੋੜ੍ਹਾ ਜਿਹਾ ਚੇਂਜ ਕਰਨਾ। ਜੇ ਆਪਾਂ ਚੇਂਜ ਵੇਖੀਏ, ਪਰਟੀਕੁਲਰ ਵਰਡ ਚੇਂਜ, ਉਹਦਾ ਮਤਲਬ ਹੁੰਦਾ ਕਿ ਪੂਰੀ ਦੀ ਪੂਰੀ ਚੀਜ਼ ਨੂੰ ਚੇਂਜ ਕਰ ਦੇਣਾ।
ਸੋ ਇੱਕ ਬਿਲਕੁਲ ਹਲਕਾ ਜਿਹਾ ਡਿਫਰੈਂਸ ਹੁੰਦਾ ਇਹਨਾਂ ਦੇ ਵਿੱਚ, ਬਟ ਮੋਸਟਲੀ ਇਹ ਵਰਡ ਸੇਮ ਹੁੰਦੇ ਆ। ਸੋ ਆਪਾਂ ਰੀਡਿੰਗ ਦੇ ਵੇਖੀਏ ਅਤੇ ਰੀਡਿੰਗ ਦੇ ਵਿੱਚ ਜਿੱਦਾਂ ਆਹ ਹੁਣ ਪੂਰਾ ਪੈਸੇਜ ਆ, ਬਹੁਤ ਸਾਰੇ ਵਰਡ ਸਾਨੂੰ ਇਹਦੇ ਵਿੱਚ ਇੱਦਾਂ ਦੇ ਦੇਖਣ ਨੂੰ ਮਿਲਣਗੇ। ਅਤੇ ਜੇ ਆਪਾਂ ਰੋਜ਼ ਇੱਦਾਂ ਹੀ ਰੀਡਿੰਗ ਕਰਦੇ ਰਹਾਂਗੇ, ਲਾਈਕ ਮੈਂ ਇੱਕ ਟੈਸਟ ਅੱਜ ਕਰ ਲਿਆ, ਇੱਕ ਟੈਸਟ ਮੈਂ ਕੱਲ੍ਹ ਕਰ ਲਿਆ, ਪਰਸੋਂ ਕਰ ਲਿਆ, ਰੋਜ਼ ਦਾ ਮੈਂ ਇੱਕ ਟੈਸਟ ਕਰ ਰਿਹਾ ਵਾਂ, ਬਟ ਜਿਹੜੇ ਵਰਡਸ ਮੈਨੂੰ ਨਹੀਂ ਆਉਂਦੇ ਜਾਂ ਫਿਰ ਜਿਹੜੇ ਮੈਨੂੰ ਸਿਨੋਨਿਮਸ ਵੇਖਣ ਨੂੰ ਮਿਲਦੇ ਆ, ਜੇ ਮੈਂ ਉਹਨਾਂ ਨੂੰ ਕਾਪੀ ਦੇ ਉੱਤੇ ਨਹੀਂ ਲਿਖ ਰਿਹਾ, ਦੈਨ ਮੇਰੀ ਗਰੋਥ ਹੋ ਹੀ ਨਹੀਂ ਰਹੀ। ਇਹਦੇ ਵਿੱਚ ਗਰੋਥ ਕਰਨ ਦਾ ਸਿਰਫ ਸਿੰਪਲੀ ਇੱਕੋ ਹੀ ਇੱਕ ਤਰੀਕਾ ਵਾ, ਦੈਟ ਜਿਹੜੇ ਵਰਡਸ ਤੁਹਾਨੂੰ ਇੱਦਾਂ ਦੇ ਵੇਖਣ ਨੂੰ ਮਿਲਣ, ਜਸਟ ਇੱਕ ਕਾਪੀ ਪ੍ਰਿਪੇਅਰ ਕਰੋ ਐਂਡ ਉਹਦੇ ਉੱਤੇ ਰੋਜ਼ ਦੇ ਉਹਨਾਂ ਵਰਡਸ ਨੂੰ ਲਿਖਣਾ ਸਟਾਰਟ ਕਰ ਦਿਉ। ਲਾਈਕ ਇੱਕ ਤੁਸੀਂ ਛੋਟੀ ਜਿਹੀ ਕਾਪੀ ਵੀ ਪ੍ਰਿਪੇਅਰ ਕਰ ਸਕਦੇ ਹੋ, ਇੱਕ ਡਾਇਰੀ ਪ੍ਰਿਪੇਅਰ ਕਰ ਸਕਦੇ ਹੋ, ਜਾਂ ਇੱਕ ਰਜਿਸਟਰ ਵੀ ਪ੍ਰਿਪੇਅਰ ਕਰ ਸਕਦੇ ਹੋ ਐਜ਼ ਪਰ ਯੋਰ ਲੈਵਲ। ਆਈ ਥਿੰਕ ਜੇ ਤਾਂ ਤੁਹਾਡਾ ਲੈਵਲ ਬਹੁਤ ਹੀ ਡਾਊਨ ਆ, ਮੀਨਸ ਦੈਟ ਕਿ ਤੁਸੀਂ ਬਹੁਤ ਹੀ ਜ਼ਿਆਦਾ ਲੋਅ ਹੋ ਲੈਵਲ ਇੰਗਲਿਸ਼ ਦੇ ਵਿੱਚ, ਦੈਨ ਉਦੋਂ ਤੁਹਾਨੂੰ ਕੀ ਹੋਏਗਾ ਕਿ ਉਦੋਂ ਤੁਹਾਨੂੰ ਇੱਕ ਰਜਿਸਟਰ ਲਾਉਣਾ ਪਏਗਾ, ਮੀਨਸ ਦੈਟ ਕਿ ਤੁਹਾਨੂੰ ਰੋਜ਼ ਦੇ ਬਹੁਤ ਸਾਰੇ ਵਰਡਸ ਲਿਖਣੇ ਪੈਣਗੇ। ਜਿਹਦੇ ਤੁਹਾਡਾ ਲੈਵਲ ਪਹਿਲਾਂ ਹੀ ਚੰਗਾ ਵਾ ਇੰਗਲਿਸ਼ ਦੇ ਵਿੱਚ, ਤੁਹਾਨੂੰ ਜ਼ਿਆਦਾ ਵਰਡ ਨਹੀਂ ਲਿਖਣੇ ਪੈਣਗੇ, ਬਟ ਹਾਂ ਵਰਡ ਲਿਖੋ ਜ਼ਰੂਰ, ਬਿਕੋਜ਼ ਇਹ ਵਰਡਸ ਨੂੰ ਤੁਸੀਂ ਬਹੁਤ ਸਾਰੀ ਜਗ੍ਹਾ ਯੂਜ਼ ਕਰ ਸਕਦੇ ਹੋ। ਫੋਰ ਐਗਜ਼ਾਮਪਲ ਰਾਈਟਿੰਗ ਦੇ ਵਿੱਚ, ਰਾਈਟਿੰਗ ਦੇ ਵਿੱਚ ਜਿੱਦਾਂ ਹੁਣ ਐਂਡ ਵਰਡ ਸਾਨੂੰ ਬਹੁਤ ਜਗ੍ਹਾ ਯੂਜ਼ ਕਰਨਾ ਪੈਂਦਾ ਵਾ, ਮੀਨਸ ਜਦੋਂ ਆਪਾਂ ਇੱਕ ਹੋਰ ਗੱਲ ਐਡ ਕਰਨੀ ਆ। ਜੇ ਮੈਨੂੰ ਪਤਾ ਵਾ ਕਿ ਐਂਡ ਨੂੰ ਮੈਂ ਮੋਰ ਓਵਰ ਵੀ ਲਿਖ ਸਕਦਾ, ਫਰਦਰ ਮੋਰ ਵੀ ਲਿਖ ਸਕਦਾ, ਟੂ ਇਲੈਬੋਰੇਟ ਮੋਰ ਵੀ ਲਿਖ ਸਕਦਾ, ਅਪਾਰਟ ਫਰੋਮ ਦੈਟ ਲਿਖ ਸਕਦਾ, ਮਤਲਬ ਇੰਨੀਆਂ ਚੀਜ਼ਾਂ ਜੇ ਮੈਨੂੰ ਪਤਾ ਵਾ ਤਾਂ ਮੈਂ ਐਂਡ 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 ਹਰ ਜਗ੍ਹਾ ਨਹੀਂ ਲਿਖਾਂਗਾ। ਸੋ ਮੈਂ ਵਰਡਸ ਚੇਂਜ ਕਰ ਸਕਦਾ ਵਾਂ। ਤੁਸੀਂ ਵੀ ਇਸ ਚੀਜ਼ ਨੂੰ ਦਿਮਾਗ 'ਚ ਰੱਖਣਾ ਵਾ ਕਿ ਜੇ ਤੁਸੀਂ ਰੀਡਿੰਗ ਦੇ ਵਿੱਚੋਂ ਇੱਦਾਂ ਦੇ ਵਰਡਸ ਕੱਢ ਰਹੇ ਹੋ ਤਾਂ ਓਨਲੀ ਤੁਹਾਨੂੰ ਰੀਡਿੰਗ ਦੇ ਵਿੱਚ ਹੀ ਨਹੀਂ ਬੈਨੀਫਿਟ ਹੋਣਾ, ਤੁਹਾਨੂੰ ਹੋਰਾਂ ਮੋਡਿਊਲਸ ਦੇ ਵਿੱਚ ਵੀ ਬੈਨੀਫਿਟ ਹੋਏਗਾ ਐਂਡ ਨਾਲ ਦੇ ਨਾਲ ਤੁਹਾਡਾ ਲੈਵਲ ਆਫ ਇੰਗਲਿਸ਼ ਵੀ ਵਧੇਗਾ। ਫੋਰ ਐਗਜ਼ਾਮਪਲ ਕੱਲ੍ਹ ਨੂੰ ਕੈਨੇਡਾ ਜਾਂਦੇ ਹੋ ਤਾਂ ਤੁਸੀਂ ਵਧੀਆ ਤਰੀਕੇ ਨਾਲ ਉੱਥੇ ਲੋਕਾਂ ਨਾਲ ਗੱਲਬਾਤ ਕਰ ਪਾਓਗੇ। ਸੋ ਪਲੀਜ਼ ਇਸ ਚੀਜ਼ ਨੂੰ ਜ਼ਰੂਰ ਕਰੋ। ਤੁਹਾਡੇ ਦਿਮਾਗ ਦੇ ਵਿੱਚ ਇੱਕ ਟਾਰਗੇਟ ਹੋਣਾ ਚਾਹੀਦਾ ਕਿ ਰੋਜ਼ ਦੇ ਮੈਂ 10 ਵਰਡਸ 'ਤੇ ਲਿਖਣੇ ਹੀ ਲਿਖਣੇ ਆ, 10 ਵਰਡਸ ਲਿਖਣੇ ਆ। ਅਤੇ ਰੋਜ਼ ਦੇ ਜਦੋਂ ਤੁਸੀਂ 10-10 ਵਰਡਸ ਲਿਖਣੇ ਸਟਾਰਟ ਕਰ ਦੋਗੇ ਐਂਡ ਇਹਦੇ ਨਾਲ ਕੀ ਕਰਨਾ, ਜਦੋਂ ਅਗਲੇ 10 ਲਿਖੋਗੇ ਤਾਂ ਪਿਛਲੇ 10 ਦੀ ਰੀਡਿੰਗ ਪਲੀਜ਼ ਜ਼ਰੂਰ ਲੈ ਲੈਣੀ ਆ। ਇਸ ਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਪਿਛਲੇ 10 ਵਰਡ ਯਾਦ ਰਹਿ ਜਾਣਗੇ, ਠੀਕ ਆ। ਜਦੋਂ ਤੁਸੀਂ ਇਸ ਚੀਜ਼ ਨੂੰ ਕਰ ਲਓਗੇ, ਜੇ ਤੁਹਾਨੂੰ 10 ਦੇ ਵਿੱਚੋਂ ਰੋਜ਼ ਦੇ 2 ਜਾਂ 3 ਵਰਡ ਵੀ ਯਾਦ ਰਹਿ ਜਾਂਦੇ ਆ, ਦੈਨ ਮੇਰਾ ਕੰਮ ਹੋ ਗਿਆ। ਬਿਕੋਜ਼ ਜੇ ਤੁਹਾਨੂੰ 2-3 ਵਰਡ ਵੀ ਯਾਦ ਹੋ ਗਏ, ਉਹ 2-3 ਵਰਡ ਕਿਤੇ ਨਾ ਕਿਤੇ ਤਾਂ ਰਿਪੀਟ ਹੋ ਹੀ ਜਾਣਗੇ ਕਿਸੇ ਨਾ ਕਿਸੇ ਰੀਡਿੰਗ ਦੇ ਵਿੱਚ, ਕਿਸੇ ਪੈਸੇਜ ਦੇ ਵਿੱਚ ਜਾਂ ਸਪੀਕਿੰਗ ਦੇ ਵਿੱਚ, ਰਾਈਟਿੰਗ ਦੇ ਵਿੱਚ। ਮੀਨਸ ਤੁਹਾਡਾ ਲੈਵਲ ਕਿਤੇ ਨਾ ਕਿਤੇ ਵਧੇਗਾ ਹੀ ਵਧੇਗਾ। ਰੀਸੈਂਟਲੀ ਮੈਂ ਇੱਕ ਸਟੂਡੈਂਟ ਨੂੰ ਰੀਡਿੰਗ ਕਰਵਾ ਰਿਹਾ ਸੀਗਾ ਔਨਲਾਈਨ ਕਲਾਸਿਸ ਦੇ ਵਿੱਚ, ਮੈਂ ਉਹਨੂੰ ਕਿਹਾ ਸੀਗਾ ਕਿ ਤੂੰ ਰੋਜ਼ ਦੇ ਇਹ ਵਰਡ ਲਿਖਣੇ ਆ, ਬਟ ਉਹ ਸਟੂਡੈਂਟ ਨੇ ਉਹ ਵਰਡ ਨਹੀਂ ਲਿਖੇ ਐਂਡ ਇੱਕੋ ਵਰਡ ਵਿਦਇਨ ਅ ਵੀਕ 3-4 ਵਾਰ ਆ ਗਿਆ। ਉਹ ਸਟੂਡੈਂਟ ਦਾ 3-4 ਵਾਰ ਉਹ ਵਰਡ ਗਲਤ ਹੋਇਆ, ਉਹਨੂੰ ਮੀਨਿੰਗ ਨਹੀਂ ਪਤਾ ਲੱਗਾ। ਮੈਂ ਕਹਿੰਦਾ ਰਹਿ ਗਿਆ ਕਿ ਦੈਟ ਯੂ ਸ਼ੁੱਡ ਰਾਈਟ ਦ ਮੀਨਿੰਗ ਆਫ ਦਿਸ। ਸੋ ਜੇ ਉਸਨੇ ਮੀਨਿੰਗ ਪਹਿਲੇ ਵਾਰ 'ਚ ਹੀ ਲਿਖ ਲਿਆ ਹੁੰਦਾ, ਸਿਨੋਨਿਮਸ ਪਹਿਲੀ ਵਾਰ 'ਚ ਹੀ ਨੋਟ ਡਾਊਨ ਕਰ ਲਏ ਹੁੰਦੇ, ਉਹਨੂੰ ਬਾਅਦ ਵਿੱਚ ਦਿੱਕਤ ਨਾ ਆਉਂਦੀ, ਠੀਕ ਆ। ਸੋ ਜੇ ਤੁਸੀਂ ਆਪਣੇ ਆਇਲਸ ਦੇ ਪ੍ਰੋਸੈਸ ਨੂੰ ਸਪੀਡ ਅਪ ਕਰਨਾ, ਤੁਸੀਂ ਚਾਹੁੰਦੇ ਹੋ ਕਿ ਜਲਦੀ ਬੈਂਡ ਸਕੋਰ ਕਰਨੇ ਆ ਵਿਦਇਨ ਅ ਮੰਥ, ਵਿਦਇਨ 2 ਮੰਥ, ਦੈਨ ਤੁਹਾਨੂੰ ਇਹ ਚੀਜ਼ ਕਰਨੀ ਹੀ ਪਏਗੀ, ਓਕੇ। ਸੋ ਇੱਕ ਛੋਟੀ ਜਿਹੀ ਕਾਪੀ ਪ੍ਰਿਪੇਅਰ ਕਰੋ ਜਾਂ ਡਾਇਰੀ ਪ੍ਰਿਪੇਅਰ ਕਰੋ, ਫੋਨਸ ਦੇ ਵਿੱਚ ਅੱਜ ਕੱਲ੍ਹ ਨੋਟਸ ਦੀ ਆਪਸ਼ਨ ਹੁੰਦੀ ਆ, ਉੱਥੇ ਨੋਟਸ ਪ੍ਰਿਪੇਅਰ ਕਰ ਲਓ, ਇਹਨਾਂ ਵਰਡਸ ਨੂੰ ਜ਼ਰੂਰ ਲਿਖੋ, ਤੁਹਾਡਾ ਪ੍ਰੋਸੈਸ ਬਹੁਤ ਫਾਸਟ ਹੋ ਜਾਏਗਾ। ਹੋਰ ਕੋਈ ਸ਼ਾਰਟਕੱਟ ਨਹੀਂ ਆ, ਇਸ ਤੋਂ ਵੱਡਾ ਕੋਈ ਸ਼ਾਰਟਕੱਟ ਨਹੀਂ ਆ, ਇਹ ਸਭ ਤੋਂ ਈਜ਼ੀ ਐਂਡ ਵਧੀਆ ਸ਼ਾਰਟਕੱਟ ਆ।
ਤੁਸੀਂ ਗੂਗਲ 'ਤੇ ਜਾ ਕੇ ਵੀ ਨਹੀਂ ਵਰਡਸ ਲਿਖਣੇ ਰੋਜ਼ ਦੇ, ਬਿਕੋਜ਼ ਵਰਡਸ ਤਾਂ ਸਾਨੂੰ ਰੀਡਿੰਗ ਦੇ ਵਿੱਚ ਹੀ ਮਿਲ ਜਾਣੇ ਆ। ਮੋਰ ਓਵਰ ਤੁਹਾਨੂੰ ਸੈਂਟੈਂਸ ਵੀ ਬਣੇ ਬਣਾਏ ਉੱਥੇ ਮਿਲ ਜਾਣਗੇ, ਤੁਹਾਨੂੰ ਮੀਨਿੰਗ ਵੀ ਪਤਾ ਲੱਗ ਜਾਏਗਾ। ਸੋ ਥੈਂਕ ਯੂ ਵੈਰੀ ਮੱਚ, ਇਹੀ ਸੀਗੀ ਅੱਜ ਦੀ ਵੀਡੀਓ। ਬਾਕੀ ਔਨਲਾਈਨ ਕਲਾਸਿਸ ਤੁਸੀਂ ਜੁਆਇਨ ਕਰਨਾ ਚਾਹੋਗੇ ਤਾਂ ਮੈਂ ਸਾਰਾ ਕੁਝ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਦਾ ਵਾ, ਐਂਡ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀਗਾ। ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਥੈਂਕ ਯੂ ਵੈਰੀ ਮੱਚ।